ਮਾਰਚ ਮਹੀਨੇ ਵਿੱਚ ਅਚਾਨਕ ਤਾਪਮਾਨ ਵਿੱਚ ਆਏ ਇਜ਼ਾਫੇ ਕਾਰਨ ਕਿਸਾਨਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਉਹਨਾਂ ਦੀ ਕਣਕ ਦੀ ਫਸਲ ਦਾ ਝਾੜ ਘੱਟ ਹੋ ਸਕਦਾ ਹੈ। ਕੁਝ ਕਿਸਾਨ ਤਾਂ ਮੰਡੀਆਂ ਵਿੱਚ ਫਸਲ ਲੈ ਕੇ ਆ ਗਏ ਨੇ, ਪਰ ਕੁਝ ਕਿਸਾਨ ਜਿਹੜੇ ਅਜੇ ਇਸ ਦੇ ਪੂਰੀ ਤਰ੍ਹਾਂ ਪੱਕਣ ਦਾ ਇੰਤਜ਼ਾਰ ਕਰ ਰਹੇ ਸਨ, ਉਹਨਾਂ ਮੁਤਾਬਕ ਇਸ ਵਾਰ ਕਣਕ ਦਾ ਦਾਣਾ ਛੋਟਾ ਰਹਿਣ ਦੀ ਉਮੀਦ ਹੈ ਅਤੇ ਇਹ ਛੇਤੀ ਸੁੱਕ ਵੀ ਰਿਹਾ ਹੈ। ਪਰ ਜਿਹੜਾ ਇਹ ਮੌਸਮ ਜੋ ਮੌਸਮ ਅੱਜ ਕੱਲ੍ਹ ਬਣਿਆ, ਇਹ ਮੌਸਮ ਤਕਰੀਬਨ ਅਪ੍ਰੈਲ 'ਚ ਬਣਦਾ ਸੀ ਜਾ ਕੇ 15 ਅਪ੍ਰੈਲ ਤੋਂ ਬਾਅਦ, ਔਰ ਇਹ ਮੌਸਮ ਤਕਰੀਬਨ ਮਾਰਚ 'ਚ ਬਣ ਗਿਆ, ਔਰ ਉਹਦੀ ਵਜ੍ਹਾ ਨਾਲ ਜਿਹੜੀ ਕਣਕ ਅਨਮੈਚਿਓਰ ਹੈ ਉਹਦੇ ਉੱਤੇ ਇਹਦਾ ਝਾੜ ਦਾ ਅਸਰ ਪਏਗਾ। ਉਹ ਦਾਣਾ ਪਿਚਕ ਜਾਏਗਾ, ਯੀਲਡ 3 ਤੋਂ 4% ਇਹਦੇ 'ਚ ਝਾੜ ਘਟਣ ਦੀ ਸੰਭਾਵਨਾ ਐਦ ਕੀ। ਮੈਂ 10 ਖੇਤ ਲਗਾਏ ਸੀਗੇ ਅਤੇ ਮੌਸਮ ਕਰਕੇ ਕਾਫੀ ਅਸਰ ਪਿਆ, ਤਾਪਮਾਨ ਵੱਧ ਗਿਆ ਜਿਹਦੇ ਕਰਕੇ ਅਤੇ ਦਾਣਾ ਜਿਹੜਾ ਵਾ ਸੁੱਕਣ ਲੱਗ ਪਿਆ, ਸੁੱਕ ਹੀ ਗਿਆ ਕਈ ਤਾਂ। ਅਤੇ ਅਸੀਂ ਇਹੀ ਹੁਣ ਰੱਬ ਨੂੰ ਉਮੀਦ ਕਰਦੇ ਹਾਂ ਵੀ ਚਲੋ ਮਹਾਰਾਜ ਕਿਰਪਾ ਕਰੇ ਸਾਡਾ ਖਰਚਾ ਹੀ ਨਿਕਲ ਜੇ, ਵੀ ਸਾਡੀ ਲਾਗਤ ਲੇਬਰ ਦੇ ਖਰਚੇ ਬਹੁਤ ਪੈ ਜਾਂਦੇ ਨੇ।